ਪੰਜਾਬ ਬੀਜੇਪੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਜਾਰੀ। ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਹੋ ਰਹੀ ਚਰਚਾ। ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ। ਸੰਗਰੂਰ ਦੇ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ, ਕਿਹਾ ਮੈਨੂੰ ਮੇਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕੀਤਾ ਜਾ ਰਿਹਾ ਤੰਗ, ਲੋਕ ਸਭਾ ਚੋਣ ਨਾ ਲੜਨ ਦਾ ਮੇਰੇ ਤੇ ਬਣਾਇਆ ਜਾ ਰਿਹਾ ਦਬਾਅ। ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ, ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਗਾ। ਤੂੰ ਜਦੋਂ ਲੋਕਾਂ 'ਚ ਜਾਏਗਾ ਤੈਨੂੰ ਲੋਕ ਸਫਾਲ ਕਰਨਗੇ ਉਸ ਮੁੱਦੇ 'ਤੇ। ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ, ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ 'ਤੇ ਲੱਗਿਆ ਨਾ, ਉਹ ਦਾਗ ਨਹੀਂ ਧੋਤਾ ਜਾਣਾ। ਮੈਂ ਉਹਨੇ ਜਿਹੜੀਆਂ 5-4 ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਏ ਪੁਆਇੰਟ ਨੋਟ ਕੀਤੀਆਂ, ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਐਲੀਗੇਸ਼ਨ 'ਚ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ, ਤਸੱਲੀ ਨਾਲ ਪੁੱਛ ਲਿਓ। ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ 'ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਜਿਹੜੇ ਲੋਕ ਆਪਦੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛੁਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ, ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ। ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ। 4 ਐਲੀਗੇਸ਼ਨ ਉਹਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਹੈ। ਪਹਿਲਾ ਐਲੀਗੇਸ਼ਨ ਕਿ ਇਹ PLPA ਦੀ ਜ਼ਮੀਨ ਸੀ, ਡੀਮਡ ਫੋਰੈਸਟ ਸੀ। ਇਹ PLPA ਦੀ ਜ਼ਮੀਨ ਦੇ CLU ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ CLUs ਚੇਂਜ ਕਰਕੇ, ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ, ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ। ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ, ਉਹ ਤਾਂ ਹਵਾ 'ਚ ਹੀ ਗੱਲਾਂ ਕਰਦਾ ਸੀ ਨਾ, ਉਹਨੂੰ ਤਾਂ ਆਦਤ ਹੈ। ਤੁਹਾਡੇ ਸਾਹਮਣੇ ਰੱਖਦਿਆਂ ਇਹ ਵੀ ਦੱਸਦਿਆਂ ਇਹਦਾ ਕਿ ਜਿਹੜਾ PLPA ਦੀ ਜ਼ਮੀਨ ਹੁੰਦੀ ਹੈ ਉਹਦਾ CLU ਚੇਂਜ ਕਰਨ ਦਾ ਅਧਿਕਾਰ, ਅਥਾਰਿਟੀ, ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ। ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ, ਕੋਈ ਅਥਾਰਿਟੀ ਨਹੀਂ, ਕੋਈ ਪਾਵਰ ਨਹੀਂ, ਕੋਈ ਜੁਰਿਸਡਿਕਸ਼ਨ ਨਹੀਂ ਕਿ ਕਿਸੇ ਵੀ PLPA ਦੀ ਜ਼ਮੀਨ ਦੀ CLU ਚੇਂਜ ਕਰ ਸਕੇ। ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ, ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ। ਜਦੋਂ ਪੰਜਾਬ ਸਰਕਾਰ ਕੋਲੇ ਅਥਾਰਿਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਿੱਤੀ ਗਈ। ਹਰ ਇੱਕ CLU 2008 ਤੇ 2011 ਦੇ ਵਿੱਚ CLU ਹੋਏ ਹੈ, ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ UPA ਦੀ ਸਰਕਾਰ, ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਹੈ। ਮੈਂ ਭਗਵੰਤ ਮਾਨ ਨੂੰ ਕਹਿੰਦਾ ਜਾ ਕੇ ਪੁੱਛ ਲਾ, ਹੁਣ ਤਾਂ ਭਾਈਵਾਲੀ ਹੈ, ਅਲਾਇੰਸ ਹੈ, ਬੈਡ ਫੈਲੋਜ਼ ਹੋ, ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ UPA ਦੀ ਸਰਕਾਰ ਨੂੰ। ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ, ਸਾਰੇ CLUs ਉੱਥੋਂ ਹੋ ਕੇ ਆਏ। ਅੱਜ ਮੈਂ CLUs ਦੀ ਕਾਪੀਆਂ ਲੈ ਕੇ ਆਇਆ। ਆ 3 ਪੋਕਿਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਹਾ ਸੀ, ਤਿੰਨਾਂ ਦੇ CLU
भारत सरकार पर्यावरण और वन मंत्रालय, आप पहला सीएलयू जी, श्री कृष्ण सहरावत उस वेले का अफसर सी, 11 तरीक है जी, 11/1/2012 आ एक सीएलयू पॉकेट ए ते पॉकेट बी दा, सॉरी पॉकेट सी दा, पॉकेट ए ते पॉकेट बी दा सीएलयू है जी। ए अक्टूबर 13, 2008 ते ए भी कोई मिस्टर सबरवाल उस वेले गवर्नमेंट ऑफ इंडिया मिनिस्ट्री ऑफ एनवायरमेंट एंड फॉरेस्ट नॉर्दर्न रीजन ऑफिस, ये तुसीं पढ़ सकते हो। ये सारे दा सारा जिन्नी जमीन 20.8 एकड़ गनाउंदा, बिल्कुल 20.8 एकड़ उहदा सीएलयू गवर्नमेंट ऑफ इंडिया मिनिस्ट्री ऑफ एनवायरमेंट एंड फॉरेस्ट न्यू दिल्ली, ये उत्थों होके आए है। पंजाब सरकार दा कोई रोल नहीं इहदे विच। सो तुसीं कहो कि पंजाब सरकार ने रूल्स बेंड करते, पंजाब सरकार ने कंसेशंस दिते, ये भी बिल्कुल झूठ, बिल्कुल बेबुनियाद है। मैं चैलेंज करदा मुख्यमंत्री नूं कि दिखावे पंजाब सरकार ने किथे सीएलयू दिता। सुखविलास, दूजी गल, फिर मुख्यमंत्री कहिंदा कि उस तों बाद ये पॉलिसी जिहड़ी है ईको टूरिज्म दी उह स्क्रैप कर दित्ती गई। आ पॉलिसी दी कॉपी है, अज भी एग्जिस्ट कर रही है, टिल डेट अज जाके कढ लो इंटरनेट तो, पंजाब सरकार की वैबसाइट तो थोनों ये पॉलिसी मिल जूगी। एंड ये पॉलिसी, वैसे सारी पॉलिसी तुसी पढ़ लो, पॉलिसी दे अखीर दे विच की है लिखिया, इन जनरल द ऑपरेशनल गाइडलाइंस फॉर दिस पॉलिसी इशूड बाय मिनिस्ट्री ऑफ टूरिज्म गवर्नमेंट ऑफ इंडिया वुड बी फॉलोड। सो ये पॉलिसी भी सारी गवर्नमेंट ऑफ इंडिया की पॉलिसी है, टूरिज्म मिनिस्ट्री की पॉलिसी है, अज भी एग्जिस्ट करती है। सो जेड़ी भगवंत मान कहिंदा कि कैबिनेट ने इन्हां नूं परमिशन देने तो बाद स्क्रैप करती, मैं चैलेंज करदा उन्हूं उस कैबिनेट के मिनट्स है जेड़े वो जनतक करे। कैबिनेट के विच तां हर एक चीज, हर एक लफ्ज रिकॉर्ड हुंदा है, पब्लिक करे कि केड़ी पॉलिसी उस वेले इस सीएलयू तो बाद स्क्रैप की गई। यह पहला एलीगेशन सी। दूजा एलीगेशन सी भगवंत मान दा कि मेट्रो इको ग्रीन्स जेड़ी सुखविलास दी होल्डिंग कंपनी है, उन्हों टैक्स इंसेंटिव्स दिते गए एक पॉलिसी राही, इन्वेस्टमेंट पॉलिसी राही टैक्स इंसेंटिव्स दिते गए, ते ओ जेड़ी पॉलिसी है उदू बाद रिवोक कर दिती गई, केवल ते केवल सुखविलास नू इंसेंटिव देन वास्ते वो एक पॉलिसी बनाई गई सी। ए दूजा एलीगेशन सी उहदा, मैं इहदा भी जवाब दे दिया। जिहड़े इंसेंटिव्स किसी भी इंडस्ट्री नू सूबे दे विच जिहड़ी लगती है, कोई भी इंडस्ट्री होवे, होटेल इंडस्ट्री होवे, मैन्युफैक्चरिंग इंडस्ट्री होवे, सर्विस इंडस्ट्री होवे, वो जिहड़े इंसेंटिव्स है वो इन्वेस्ट पंजाब राही पंजाब बोर्ड ऑफ इन्वेस्टमेंट प्रमोशन दिंदा है। ओ इन्वेस्टमेंट पॉलिसी जेड़ी है 2013 दे विच बनी सी ते अज भी एग्जिस्ट करती है। पहला तो इन्हें एक थां ते कहा कि वह पॉलिसी स्क्रैप करती, फिर अखीर दे विच कहिंदा है कि नहीं हैगी है पर उहदे विच कुछ अमेंडमेंट्स करती हैं। मैं दसदा थोनू उहदे विच की अमेंडमेंट्स हुई हैं।
ਉਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ। 2013 ਤੋਂ ਹੁਣ ਤੱਕ ਅਨੇਕਾਂ ਇੰਡਸਟਰੀਜ਼, ਇਹ ਤਾਂ ਕਹਿੰਦਾ ਨਾ ਕਿ ਇਕੱਲੇ ਸੁਖ ਵਿਲਾਸ ਨੇ ਉਹਦੇ 'ਚ ਲਿੱਤੀ ਹੈ ਬੈਨੀਫਿਟਸ, ਮੈਂ ਇੰਡਸਟਰੀਆਂ ਦੀ ਲਿਸਟ ਦੇਊਂਗਾ ਜਿਨ੍ਹਾਂ ਨੇ ਉਸ ਪਾਲਿਸੀ ਤਹਿਤ ਇਨਸੈਂਟਿਵ ਲਿੱਤੇ ਹੈ। ਅਤੇ ਜਿਹੜਾ ਬੰਦਾ ਕੋਈ ਵੀ ਇੰਡਸਟਰੀਲਿਸਟ, ਅੱਜ ਤੁਸੀਂ ਬੰਬੇ ਜਾਂਦੇ ਹੋ, ਤੁਸੀਂ ਬਾਹਰ ਵਿਦੇਸ਼ 'ਚ ਜਾਂਦੇ ਹੋ, ਇੰਡਸਟਰੀ ਨਾਲ ਗੱਲ ਕਰਨ ਜਾਂਦੇ ਹੋ ਕਿ ਸਾਡੇ ਸੂਬੇ 'ਚ ਆ ਕੇ ਇੰਡਸਟਰੀ ਲਾ, ਤੁਸੀਂ ਇਨਸੈਂਟਿਵ ਦਿੰਦੇ ਹੋ। ਮੈਂ ਅੱਜ ਦੀ ਇਹਨਾਂ ਦੀ 22 ਦੀ ਪਾਲਿਸੀ ਵੀ ਦਿਖਾਉਣਾ। ਸੋ ਉਹ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਜਿਹੜੀ ਇਹ ਗੱਲ ਕਰਦਾ। ਆਹ ਤਾਂ ਹੈਗੀ ਜੀ 2013 ਦੀ ਪਾਲਿਸੀ, ਠੀਕ ਹੈ ਜੀ। ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ੍ਹ ਦਿੱਤੀ ਸੀ, ਜਿਹਦੇ 'ਚ SGST ਵੈਟ ਦਾ ਇਹਨੇ ਜ਼ਿਕਰ ਕੀਤਾ ਸੀ, ਰਕਮ ਦੱਸੀ ਸੀ ਵੀ 84 ਕਰੋੜ 85 ਕਰੋੜ। ਮੈਂ ਉਹਦੇ 'ਤੇ ਆਊਂਗਾ, ਪਰ ਕੇਰਾਂ ਮੈਂ ਪਾਲਿਸੀ 'ਤੇ ਗੱਲ ਕਰ ਰਿਹਾ ਜਿਹਦੇ 'ਚ SGST ਵੈਟ ਐਗਜ਼ੈਂਪਸ਼ਨ ਆ ਜਾਂਦਾ, ਇਲੈਕਟ੍ਰੀਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ, ਅਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ। ਇਹਦੇ ਵਿੱਚ 2013 ਦੀ ਪਾਲਿਸੀ ਹੈ, 75% ਐਗਜ਼ੈਂਪਸ਼ਨ ਸੀ SGST ਵੈਟ 'ਤੇ, ਇਲੈਕਟ੍ਰੀਸਿਟੀ ਡਿਊਟੀ 'ਤੇ 100% 10 ਸਾਲਾਂ ਵਾਸਤੇ, ਇਲੈਕਟ੍ਰੀਸਿਟੀ ਡਿਊਟੀ 'ਤੇ, ਇਲੈਕਟ੍ਰੀਸਿਟੀ ਬਿੱਲ 'ਤੇ ਨਹੀਂ। ਤੀਜੀ ਗੱਲ, ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲ ਵਾਸਤੇ 75%। ਆਹ 2022 ਦੀ ਪਾਲਿਸੀ ਹੈ, ਆਹ ਮੁੱਖ ਮੰਤਰੀ ਦੀ ਫੋਟੋ ਵੇਖ ਲਓ, ਆਹੀ ਹੈ ਨਾ ਨਟਵਰ ਲਾਲ, ਮੈਂ ਗਲਤ ਪਾਲਿਸੀ ਤਾਂ ਨਹੀਂ ਨਾ ਦਿਖਾ ਰਿਹਾ। ਅਤੇ ਇਹਦੇ 'ਚ ਪਹਿਲੀ 2 ਲਾਈਨਾਂ 'ਚ ਕੀ ਕਹਿੰਦਾ ਹੈ, ਮੈਸੇਜ ਫਰੋਮ ਚੀਫ ਮਿਨਿਸਟਰ ਪੰਜਾਬ, ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਜ਼ੀਆਜ਼ਮ ਦੈਟ ਆਈ ਪ੍ਰੈਜ਼ੈਂਟ ਦ ਨਿਊ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ ਆਫ 2022। ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਜਗ੍ਹਾ ਦਾ ਗੱਲ ਹੁੰਦੀ ਹੈ, ਪਹਿਲਾਂ ਤਾਂ ਕਹਿੰਦੇ ਸੀ ਜੀ FIR ਹੀ ਨਹੀਂ ਦਰਜ ਕਰਨੀ, FIR ਅਸੀਂ 0 ਤਾਂ ਦਰਜ ਕੀਤੀ ਕਿਉਂ ਕਰਕੇ ਜਿਹੜੀ ਜੁਰਿਸਡਿਕਸ਼ਨ ਹੈ ਉਹ ਅਜੇ ਹਰਿਆਣਾ ਦੇ ਅੰਦਰ ਸੀ ਜਦੋਂ ਉਹਨਾਂ ਦਾ ਉੱਥੇ ਹੋਇਆ, ਇਸ ਕਰਕੇ ਸਾਨੂੰ 0 FIR ਦਰਜ ਕਰਨੀ ਪਈ। ਲੇਕਿਨ ਇਹਨੂੰ ਕਦੇ ਵੀ ਆਪਾਂ ਨਾਮ ਐਡ ਵੀ ਕਰ ਸਕਦੇ ਹਾਂ, ਆਪਾਂ ਇਨਵੈਸਟੀਗੇਸ਼ਨ ਦੇ ਅੰਦਰ ਕੁਛ ਵੀ ਜਿਹੜਾ ਸਕੋਪ ਹੈ ਇਹਨੂੰ ਵਧਾ ਵੀ ਸਕਦੇ ਹਾਂ। ਸੋ ਇਸ ਕਰਕੇ ਸ਼ੁਰੂਆਤ ਦੇ ਵਿੱਚ 0 FIR ਦਰਜ ਕੀਤੀ ਗਈ ਹੈ, ਜਿਉਂ ਜਿਉਂ ਇਨਵੈਸਟੀਗੇਸ਼ਨ ਚੱਲੂਗੀ ਉਹਦੇ ਹਿਸਾਬ ਨਾਲ ਜਿਹੜੇ ਅਫਸਰਾਂ ਨੇ ਗੋਲੀ ਚਲਾਈ ਹੈ, ਜਿਹੜੇ ਦੋਸ਼ੀ ਅਫਸਰ ਹੈ ਉਹਨਾਂ ਦਾ ਨਾਮ ਐਡ ਕਰਾਂਗੇ। ਦੇਖੋ ਨਹੀਂ, ਅਸੀਂ ਇਨਵੈਸਟੀਗੇਸ਼ਨ ਟਾਈਮ, ਮੈਂ ਕਹਿੰਦਾ ਨਾ ਜੀ ਕਿ ਟਾਈਮ ਜਿਹੜਾ ਲੈ ਰਹੀ ਸੀ ਪੁਲਿਸ ਕਾਰਵਾਈ ਕਰਨ ਨੂੰ, ਜਾਣ ਬੁੱਝ ਕੇ ਇੱਕ ਪ੍ਰੈਸ਼ਰ ਕ੍ਰੀਏਟ ਕਰਦੇ ਸੀ ਕਿ ਜਲਦੀ ਕਰੋ, ਆਹ ਵੀ ਦਿਨ ਟੱਪ ਗਿਆ, ਆਹ ਵੀ ਦਿਨ ਟੱਪ ਗਿਆ। ਸੋ ਇਸ ਕਰਕੇ FIR ਦਰਜ ਹੋ ਗਈ ਹੈ, ਇਨਵੈਸਟੀਗੇਸ਼ਨ ਇੰਪਾਰਸ਼ਲੀ ਕਾਨੂੰਨ ਦੇ ਹਿਸਾਬ ਨਾਲ ਚੱਲਣਗੀਆਂ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਊਗੀ। ਥੈਂਕ ਯੂ।
ਤਾਂ ਸੁਖਵਿਲਾਸ ਦੇ ਮੁੱਦੇ ਦੇ ਉੱਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ। ਦਰਅਸਲ ਮੁੱਖ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਦਿਨ ਪਹਿਲਾਂ ਇਲਜ਼ਾਮ ਲਗਾਏ ਗਏ ਸੀ ਕਿ ਕੁਝ ਪਾਲਿਸੀਜ਼ ਬਣਾਈਆਂ ਗਈਆਂ ਲਾਹਾ ਲੈਣ ਦੇ ਲਈ ਤੇ ਟੈਕਸ ਬਚਾਇਆ ਗਿਆ 108 ਕਰੋੜ ਦਾ ਬਾਦਲ ਪਰਿਵਾਰ ਦੇ ਵੱਲੋਂ ਸੁਖਵਿਲਾਸ ਦੇ ਜ਼ਰੀਏ, ਤਾਂ ਉਸਦੇ ਉੱਤੇ ਅਕਾਲੀ ਦਲ ਪਲਟਵਾਰ ਇਸ ਸਮੇਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਸਰਕਾਰ ਦੇ ਬਜਟ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ ਹੋ ਚੁੱਕੀ ਹੈ। ਵਿਧਾਨ ਸਭਾ ਦੇ ਵਿੱਚ ਗਵਰਨਰ ਦੇ ਭਾਸ਼ਣ ਦੇ ਦੌਰਾਨ ਹੀ ਕਾਂਗਰਸ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਕਿਸਾਨ ਅੰਦੋਲਨ ਅਤੇ ਉਸ ਦੇ ਵਿੱਚ ਚੁੱਕਣ ਦੀ ਮੌਤ ਦਾ ਮਸਲਾ ਚੁੱਕਿਆ। ਹੰਗਾਮੇ ਦੀ ਵਜ੍ਹਾ ਨਾਲ ਗਵਰਨਰ ਪੂਰਾ ਭਾਸ਼ਣ ਨਹੀਂ ਪੜ੍ਹ ਸਕੇ ਅਤੇ ਉਹਨਾਂ ਨੇ ਆਪਣੇ ਭਾਸ਼ਣ ਦੀ ਪਹਿਲੀ ਅਤੇ ਆਖਰੀ ਦੀਆਂ ਲਾਈਨਾਂ ਹੀ ਪੜ੍ਹੀਆਂ। ਆਈ ਵਿਸ਼ ਮਾਈ ਬੈਸਟ ਰਿਗਾਰਡ ਟੂ ਆਲ ਆਫ ਯੂ ਫੋਰ ਯੂਰ ਐਕਟਿਵ ਪਾਰਟਨਰਸ਼ਿਪ ਇਨ ਪੀਪਲ ਸੈਂਟ੍ਰਿਕ ਡਿਸੀਜਨ ਪੰਜਾਬ ਹੋਲਿਸਟਿਕ ਡਿਵੈਲਪਮੈਂਟ। ਜੈ ਹਿੰਦ। ਵਿਦ ਦਿਸ ਸਪੀਚ ਮੇ ਬੀ ਟੇਕਨ ਐਜ਼ ਰੈਡ। ਥੈਂਕ ਯੂ। ਜਿਸ ਤੋਂ ਬਾਅਦ ਵਿਧਾਨ ਸਭਾ ਤੋਂ ਚਲੇ ਗਏ ਤੇ ਹੰਗਾਮੇ ਦੀ ਵਜ੍ਹਾ ਦੇ ਨਾਲ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ। 2 ਵਜੇ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਈ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਉਧਰ ਕਾਂਗਰਸ ਨੇ ਵਿਧਾਨ ਸਭਾ ਦੇ ਪਹਿਲੇ ਦਿਨ ਹੀ ਸ਼ੁਭਕਰਨ ਸਿੰਘ ਦੀ ਮੌਤ ਦਾ ਮੁੱਦਾ ਵੀ ਸਦਨ ਦੇ ਅੰਦਰ ਚੁੱਕਿਆ ਅਤੇ ਮਾਮਲੇ 'ਚ 0 FIR ਕਰਨ ਦੇ ਫੈਸਲੇ ਤੇ ਵਿਰੋਧ ਜਤਾਉਂਦੇ ਹੋਏ ਹੰਗਾਮਾ ਕੀਤਾ ਗਿਆ। ਕਾਂਗਰਸ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ, ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ, ਇਨਵੈਸਟੀਗੇਸ਼ਨ ਬਾਅਦ 'ਚ ਕਰੋ। ਤੁਸੀਂ ਕਹਤਾ ਉਹਨੂੰ ਇਨਵੈਸਟੀਗੇਸ਼ਨ ਦੀ ਉਹ ਕਰਨਗੇ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਬੀਜੇਪੀ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਹਰਿਆਣਾ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ 14 ਫਸਲਾਂ ਦੇ ਉੱਤੇ MSP ਦੇਣ ਨੂੰ ਕਿਹਾ। ਕ੍ਰਿਸ਼ੀ ਜਿਹੜਾ ਸਟੇਟ ਦਾ ਮੁੱਦਾ ਹੈ, ਅਗਰ ਹਰਿਆਣਾ 14 ਫਸਲਾਂ ਤੇ MSP ਦੇ ਸਕਦਾ ਤੇ ਪੰਜਾਬ ਗਵਰਨਮੈਂਟ ਵੀ 14 ਫਸਲਾਂ ਤੇ MSP ਘੋਸ਼ਿਤ ਕਰੇ, ਫਿਰ ਤੇ ਇਹਨਾਂ ਨੂੰ ਕੁਝ ਕਹਿਣ ਦਾ ਅਧਿਕਾਰ ਹੈ ਨਾ ਕੇਂਦਰ ਨੂੰ। ਕਾਂਗਰਸ ਦੇ ਹੰਗਾਮੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਗਵਰਨਰ ਦੇ ਭਾਸ਼ਣ ਨੂੰ ਰੋਕ ਕੇ ਕਾਂਗਰਸ ਨੇ ਸਦਨ ਦਾ ਅਪਮਾਨ ਕੀਤਾ ਹੈ। ਗਵਰਨਰ ਸਾਹਿਬ ਦੇ ਭਾਸ਼ਣ ਨੂੰ, ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ 'ਚ ਖਲਲ ਪਾ ਕੇ ਅੱਜ ਸਦਨ ਦੀ ਤੋਹੀਨ ਕੀਤੀ ਆ। ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਦਾ ਇਹ ਬਜਟ ਇਜਲਾਸ 15 ਮਾਰਚ ਤੱਕ ਚੱਲੇਗਾ। ਕਾਬਲੇ ਗੌਰ ਇਹ ਵੀ ਹੈ ਕਿ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸ ਦੇ ਵਿੱਚ ਜ਼ਿਕਰ ਸ਼ੁਭਕਰਨ ਸਿੰਘ ਦਾ ਵੀ ਕੀਤਾ ਗਿਆ ਤੇ ਨਾਲ ਹੀ ਅਗਨੀਵੀਰ ਦਾ ਵੀ, ਜੋ ਸ਼ਹੀਦ ਹੋਏ ਸੀ ਸਰਹੱਦ ਦੇ ਉੱਤੇ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਮਕੀ ਵਾਲੇ ਮਾਮਲੇ ਦੇ ਉੱਤੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ। ਦਰਅਸਲ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਰਪੰਚਾਂ ਦੇ ਨਾਲ ਬੈਠਕ ਕੀਤੀ ਅਤੇ ਇਹ ਖੁਲਾਸਾ ਕੀਤਾ ਕਿ ਤਕਰੀਬਨ 10 ਦਿਨ ਪਹਿਲਾਂ ਉਹਨਾਂ ਨੂੰ ਵਿਦੇਸ਼ ਦੇ ਨੰਬਰ ਤੋਂ 2 ਕਰੋੜ ਦੀ ਰੰਗਦਾਰੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ ਤੇ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਨਾਲ ਹੀ ਇਲਜ਼ਾਮ ਲਗਾਇਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ DGP ਨੂੰ ਭੇਜਤਾ, DIG ਨੂੰ ਭੇਜਤਾ। ਅੱਜ ਤੱਕ ਮੈਨੂੰ DGP ਜਾਂ DIG ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹਨਾਂ ਦੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਜਨਤਾ ਕਿਸ ਹੱਦ ਤੱਕ ਖੌਫ ਦੇ ਵਿੱਚ ਹੋਵੇਗੀ ਰੰਗਦਾਰੀ ਦੇ ਲਈ, ਜਦੋਂ ਸਾਬਕਾ CM ਨੂੰ ਹੀ ਧਮਕੀ ਦਿੱਤੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਤੇ ਦੂਜੇ ਪਾਸੇ ਇਲੈਕਸ਼ਨ ਦਾ ਪੂਰਾ ਮਾਹੌਲ ਵੀ ਭਗਦਾ ਹੋਇਆ ਨਜ਼ਰ ਆ ਰਿਹਾ। ਜਿਸ ਤਰੀਕੇ ਨਾਲ ਸਰਗਰਮੀਆਂ ਹੁਣ ਪੋਲੀਟੀਕਲ ਆਗੂਆਂ ਦੀਆਂ ਪੰਜਾਬ ਦੇ ਵੱਖ ਵੱਖ ਥਾਵਾਂ ਦੇ ਉੱਤੇ ਨਜ਼ਰ ਆ ਰਹੀਆਂ, ਜਿਵੇਂ ਚਰਨਜੀਤ ਸਿੰਘ ਚੰਨੀ ਮੋਰਿੰਡਾ ਦੇ ਵਿੱਚ ਪਹੁੰਚੇ ਹੋਏ ਸੀ।